ਕਿਸੇ ਸਰਕਾਰ ਨਾਲ ਸੌਦਾ ਨਹੀਂ ਹੋਇਆ, ਨਾ ਕੋਈ ਸਾਡੇ ਨਾਲ ਸੌਦਾ ਕਰ ਸਕਦਾ। ਪਰ ਮੈਂ ਉਸ ਮੋਰਚੇ ਵਿੱਚ ਸ਼ਾਮਲ ਨਹੀਂ ਹੋਇਆ, ਮੈਨੂੰ ਇਹਨਾਂ ਲੋਕਾਂ ਤੇ ਭਰੋਸਾ ਨਹੀਂ ਹੈਗਾ। ਮੇਰਾ ਸਿਰਫ ਇੰਨਾ ਕਿ ਮੈਨੂੰ ਇਹ ਨਾਰਾਜ਼ਗੀ ਹੈ ਜਥੇਦਾਰ ਮੰਡ ਸਾਹਿਬ ਨਾਲ ਕਿ ਉਹਨਾਂ ਕਾਹਲੀ ਕਾਹਲੀ। ਪਰ ਇਹ ਸਾਨੂੰ ਸੋਚਣਾ ਪੈਣਾ, ਕੱਲ ਨੂੰ ਕੋਈ ਹੋਰ ਵੀ ਆ ਸਕਦਾ ਸਾਡੇ ਵਿੱਚ, ਕੋਈ ਵੀ ਆ ਕੇ ਕਹੂਗਾ ਅਸੀਂ ਇੱਦਾਂ ਕਰਨਾ ਚਾਹੁੰਦੇ ਹਾਂ, ਅਸੀਂ ਇੱਦਾਂ ਕਰਨਾ ਚਾਹੁੰਦੇ, ਸਾਨੂੰ ਸਮਝਣਾ ਪਏਗਾ। ਹੁਣ ਇਹ ਨਹੀਂ ਪਤਾ ਵੀ ਵਿੱਚੋਂ ਕੀ ਹੋਇਆ, ਕਾਰਨ ਕੀ ਹੈ, ਕਿੱਥੇ ਕੀ ਹੋ ਰਿਹਾ, ਇਹਦੇ ਬਾਰੇ ਤਾਂ ਦੱਸਿਆ ਨਹੀਂ ਜਾ ਸਕਦਾ। ਬੜੇ ਕਾਰਨ ਹੋ ਸਕਦੇ। ਸਿੱਖ ਨੂੰ ਸ਼ੰਕਾਵਾਦੀ ਨਹੀਂ ਹੋਣਾ ਚਾਹੀਦਾ, ਬਰਗਾੜੀ ਮੋਰਚਾ ਲਾਉਣ ਵਾਲੇ ਨਹੀਂ ਸਨ ਭਰੋਸੇਬੰਦ, ਇਹ ਕਹਿਣਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ। ਪਿਛਲੇ ਦਿਨੀ ਸਮਾਪਤ ਹੋਏ ਬਰਗਾੜੀ ਮੋਰਚੇ ਨੂੰ ਲਗਾਉਣ ਵਾਲੇ ਜਥੇਦਾਰਾਂ ਸਮੇਤ ਹੋਰ ਆਗੂਆਂ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਭਰੋਸਾ ਨਹੀਂ ਸੀ, ਜਿਸ ਕਾਰਨ ਮੈਂ ਇਸ ਮੋਰਚੇ 'ਚ ਸ਼ਮੂਲੀਅਤ ਨਹੀਂ ਕੀਤੀ, ਇਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੇ ਸਰਕਾਰਾਂ ਵੱਲੋਂ ਇਨਸਾਫ਼ ਦੇ ਨਾਂ ਤੇ ਸਮੁੱਚੀ ਸਿੱਖ ਕੌਮ ਨੂੰ ਥਕਾਇਆ ਜਾ ਰਿਹਾ ਅਤੇ ਘੱਟ ਗਿਣਤੀ ਨਾਲ ਲੋਕਤੰਤਰ ਹੋਣ ਦੇ ਬਾਵਜੂਦ ਧੱਕਾ ਲਗਾਤਾਰ ਜਾਰੀ ਹੈ। ਇਹ ਵਿਚਾਰ ਉਨ੍ਹਾਂ ਹਲਕਾ ਨਾਭਾ ਦੇ ਪਿੰਡ ਰੋਹਟਾ ਸਾਹਿਬ ਵਿਖੇ 2 ਦਿਨਾਂ ਦੇ ਧਾਰਮਿਕ ਸਮਾਗਮਾਂ ਦੀ ਸਮਾਪਤੀ ਉਪਰੰਤ ਪ੍ਰਗਟਾਏ ਨੇ। ਨਹੀਂ, ਉਹ ਤਾਂ ਇਹ ਹੈ ਜੀ, ਸਾਡੀ ਕੌਮ ਨੂੰ ਥਕਾਇਆ ਜਾ ਰਿਹਾ ਸਾਡੇ ਆਗੂਆਂ ਵੱਲੋਂ, ਹੋਰ ਤਾਂ ਉਹਦੇ ਵਿੱਚ ਕੁਛ ਨਹੀਂ ਹੈਗਾ। ਉਹ ਤਾਂ ਪਹਿਲਾਂ ਹੀ ਮੈਂ ਤਾਂ ਇਸ ਮੋਰਚੇ ਵਿੱਚ ਸ਼ਾਮਲ ਨਹੀਂ ਹੋਇਆ, ਔਰ ਮੈਂ ਇੰਟਰਵਿਊਜ਼ ਦੇ ਵਿੱਚ ਵੀ ਕਈ ਜਗ੍ਹਾ ਬੋਲਿਆ ਸੀਗਾ ਕਿ ਆਉਣ ਵਾਲੇ ਸਮੇਂ ਵਿੱਚ ਆਪੇ ਪਤਾ ਲੱਗ ਜਾਣਾ ਆ। ਪਰ ਮੈਂ ਉਸ ਮੋਰਚੇ ਵਿੱਚ ਸ਼ਾਮਲ ਨਹੀਂ ਹੋਇਆ, ਮੈਨੂੰ ਇਹਨਾਂ ਲੋਕਾਂ 'ਤੇ ਭਰੋਸਾ ਨਹੀਂ ਹੈਗਾ। ਥਕਾਇਆ ਜਾ ਰਿਹਾ ਬੰਦਿਆਂ ਵੱਲੋਂ, ਬਸ ਹੋਰ ਕੀ ਹੋ ਰਿਹਾ। ਹਾਂਜੀ, ਕੀ ਮੇਨ ਮਕਸਦ ਕੀ ਹੋ ਸਕਦਾ ਹੈ, ਜਿਵੇਂ IGPC ਦੀਆਂ ਚੋਣਾਂ ਆ ਰਹੀਆਂ ਨੇ, ਕੋਈ ਸਰਕਾਰ ਦਾ ਹੱਥ ਉਹਨਾਂ ਦੇ? ਨਹੀਂ ਦੇਖੋ, ਇਹ ਨਹੀਂ ਕਿਹਾ ਜਾ ਸਕਦਾ ਵੀ ਕੀ ਹੋਇਆ, ਪਰ ਇਹ ਸਾਨੂੰ ਸੋਚਣਾ ਪੈਣਾ, ਕੱਲ ਨੂੰ ਕੋਈ ਹੋਰ ਵੀ ਆ ਸਕਦਾ ਸਾਡੇ ਵਿੱਚ, ਕੋਈ ਵੀ ਆ ਕੇ ਕਹੂਗਾ ਅਸੀਂ ਇੱਦਾਂ ਕਰਨਾ ਚਾਹੁੰਦੇ ਹਾਂ, ਅਸੀਂ ਇੱਦਾਂ ਕਰਨਾ ਚਾਹੁੰਦੇ, ਸਾਨੂੰ ਸਮਝਣਾ ਪਏਗਾ। ਹੁਣ ਇਹ ਨਹੀਂ ਪਤਾ ਵੀ ਵਿੱਚੋਂ ਕੀ ਹੋਇਆ, ਕਾਰਨ ਕੀ ਹੈ, ਕਿੱਥੇ ਕੀ ਹੋ ਰਿਹਾ, ਇਹਦੇ ਬਾਰੇ ਤਾਂ ਦੱਸਿਆ ਨਹੀਂ ਜਾ ਸਕਦਾ। ਬੜੇ ਕਾਰਨ ਹੋ ਸਕਦੇ ਨੇ। ਕੀ ਇਨਸਾਫ ਕਿਉਂ ਨਹੀਂ ਮਿਲਦਾ ਸਿੱਖਾਂ ਨੂੰ? ਸਿੱਖ ਵਾਹ ਵੀ ਪੂਰੀ ਲਾਉਂਦੇ ਨੇ, ਕੋਸ਼ਿਸ਼ ਵੀ ਪੂਰੀਆਂ ਕਰਦੇ, ਕੀ ਸਮਝਦੀਆਂ ਸਰਕਾਰਾਂ? ਨਹੀਂ, ਸਾਨੂੰ ਸਮਝਣਾ ਪੈਣਾ ਜੀ, ਸਾਨੂੰ ਐਜੂਕੇਟ ਹੋਣਾ ਪੈਣਾ, ਸਾਨੂੰ ਆਪਣੇ ਸੁਭਾਅ ਤੇ ਕੰਮ ਕਰਨਾ ਪੈਣਾ, ਸਾਨੂੰ ਸਾਡੀਆਂ ਗਲਤੀਆਂ ਵੇਖਣੀਆਂ ਪੈਣਗੀਆਂ, ਸਾਡੀਆਂ ਪ੍ਰੋਬਲਮਾਂ ਕੀ ਹੈ, ਅਸੀਂ ਹਾਲਾਤਾਂ ਦੇ ਨਾਲ ਕਿਸ ਤਰ੍ਹਾਂ ਨਜਿੱਠਣਾ ਹੁੰਦਾ ਹੈ, ਸਾਨੂੰ ਸਮਝਣਾ ਪੈਣਾ। ਅਜੇ ਤਾਂ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਡਿਕਟੇਟਰਸ਼ਿਪ ਵਿੱਚ ਰਹਿਣ ਦਾ ਹਾਲ ਸਮਾਂ ਹੋਰ ਸੀ ਅਤੇ ਲੋਕਤੰਤਰ ਡੈਮੋਕਰੇਸੀ 'ਚ ਰਹਿਣਾ ਕਿਸ ਤਰ੍ਹਾਂ। ਡੈਮੋਕਰੇਸੀ ਦੇ ਵਿੱਚ ਬਹੁ ਗਿਣਤੀਆਂ ਘੱਟ ਗਿਣਤੀਆਂ ਨਾਲ ਧੱਕਾ ਕਰਦੀਆਂ ਨੇ, ਪਰ ਛੋਟੀ ਜਿਹੀ ਕੌਮ ਇਹਨੂੰ ਅੱਗੇ ਕਿੱਦਾਂ ਲੈ ਕੇ ਜਾਣਾ, ਕਿੱਦਾਂ ਐਜੂਕੇਟ ਕਰਨਾ, ਕਿੱਦਾਂ ਆਪਣੇ ਸੁਭਾਅ ਨੂੰ ਬਦਲਣਾ, ਉਹ ਸਾਨੂੰ ਸੋਚਣਾ ਪੈਣਾ। ਉਹਨਾਂ ਅਕਾਲੀ ਦਲ ਵੱਲੋਂ ਦਰਬਾਰ ਸਾਹਿਬ 'ਚ ਕੀਤੀ ਸੇਵਾ ਸੰਬੰਧੀ ਵੀ ਆਪਣੇ ਵਿਚਾਰ ਰੱਖੇ। ਉਹਨਾਂ ਕਿਹਾ ਕਿ ਆਪਣੀ ਸਾਖ ਬਚਾਉਣ ਲਈ ਬਾਦਲ ਅਜਿਹਾ ਕਰ ਰਹੇ ਨੇ ਕਿਉਂਕਿ ਸੰਗਤਾਂ ਦੀਆਂ ਨਜ਼ਰਾਂ 'ਚ ਉਹ ਪੂਰੀ ਤਰ੍ਹਾਂ ਨਾਲ ਗਿਰ ਚੁੱਕੇ ਨੇ। ਭੁੱਲਾਂ ਕਿਹੜੀਆਂ ਹੋਈਆਂ, ਕਿਉਂ ਹੋ ਰਹੀਆਂ, ਕਾਹਦੇ ਵਾਸਤੇ ਕਿਹੜੀਆਂ ਭੁੱਲਾਂ ਮੰਗਦੇ ਫਿਰਦੇ ਆ, ਸਾਰੀ ਦੁਨੀਆਂ ਨੂੰ ਪਤਾ ਆ ਉਹ ਆਪਣੀ ਸਾਖ ਬਚਾਉਣੀ ਚਾਹੁੰਦੇ ਆ। ਸੋ ਬੁੱਧੂ ਬਣਾਉਂਦੇ ਆਏ ਆ, ਉਹ ਹੁਣ ਅੱਜ ਵੀ ਸਾਨੂੰ ਬੁੱਧੂ ਬਣਾ ਰਹੇ ਆ। ਸਾਰੀ ਸਾਡੀ ਲੀਡਰਸ਼ਿਪ ਸਿਸਟਮ ਹੀ ਇੱਦਾਂ ਦਾ, ਉਹਨਾਂ ਨੂੰ ਪਤਾ ਵੀ ਸਿੱਖ ਕਮਲੇ ਨੇ ਇਹੋ ਜਿਹੀਆਂ ਗੱਲਾਂ ਤੇ ਭਾਵੁਕ ਹੋ ਜਾਂਦੇ ਆ ਤੇ ਉਹ ਇਸ ਕਰਕੇ ਬੁੱਧੂ ਬਣਾ ਰਹੇ। ਹਾਂਜੀ, ਆਪਣੇ ਤੇ ਉਦੋਂ ਵੀ ਬੰਦੇ ਤੇਜ਼ ਨੇ, ਇਹ ਬੇੜੀ ਵੇਖ ਲੈਂਦੇ ਨੇ, ਠੀਕ ਹੋਵੇ ਵਿੱਚ ਸਵਾਰ ਹੋ ਜਾਂਦੇ ਨੇ। ਇਹ ਤਾਂ ਇਹਨਾਂ ਦੇ ਅੰਦਰ ਜੋ ਕਰਪਟ ਸਿਸਟਮ ਹੈਗਾ ਆ ਉਹ ਤਾਂ ਆਪਾਂ ਨੂੰ ਪਤਾ ਹੀ ਹੈ। ਸੋ ਇਹਨਾਂ ਨੇ ਵੇਖ ਲਿਆ ਹੁਣ ਪੱਲੜਾ ਇੱਧਰ ਨੂੰ ਪੈ ਗਿਆ ਤੇ ਉੱਧਰ ਨੂੰ ਹੋ ਗਏ, ਹੁਣ ਨਹੀਂ ਗਏ, ਹੁਣ ਸਾਥ ਛੱਡ ਗਏ। ਉਹ ਤਾਂ ਸਤਿਗੁਰੂ ਦਾ ਬਚਨ ਪੜ੍ਹ ਕੇ ਹੀ ਆਇਆ ਵੀ ਸੁਖ ਮਯਾਨ ਬਹੁਤ ਮਿਲ ਬੈਠਤ, ਰਹਿਤ ਚਹੁੰ ਦਿਸ ਘੇਰੈ, ਬਿਪਤ ਭਰੀ ਸਭੀ ਸੰਗ ਛਾੜਤ ਕੋ ਲਾਵਤ। ਬਿਪਤਾ ਜਦੋਂ ਪੈ ਜਾਂਦੀ ਬੰਦੇ ਪਰੇ ਹਟ ਜਾਂਦੇ ਨੇ। ਹਾਂਜੀ, ਇਹ ਮੋਰਚਾ ਸਰਬਤ ਖਾਲਸਾ ਦੇ ਥਾਪੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਸੀ। ਇਸ ਮੋਰਚੇ 'ਚ ਮੁੱਥੇਬਾਜੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਵੀ ਪੂਰਾ ਸਹਿਯੋਗ ਰਿਹਾ ਅਤੇ ਸਿੱਖ ਸੰਗਤਾਂ ਨੇ ਵੱਧ ਚੜ ਕੇ ਇਸ ਮੋਰਚ 'ਚ ਆਪਣੀ ਸ਼ਮੂਲੀਅਤ ਦਰਜ ਕਰਵਾਈ ਸੀ। ਉੱਥੇ ਇਸ ਮੋਰਚੇ ਨੂੰ ਚੱਕੇ ਜਾਣ ਜਿੱਥੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਆਪਣਾ ਪੱਖ ਰੱਖਿਆ, ਉੱਥੇ ਹੀ ਦਾਦੂਵਾਲ ਨੇ ਵੀ ਇਸ ਮੋਰਚੇ ਨੂੰ ਚੱਕੇ ਜਾਣ ਤੇ ਆਪਣੀ ਨਾਰਾਜ਼ਗੀ ਜਤਾਈ ਸੀ। ਦਾਦੂਵਾਲ ਦਾ ਕਹਿਣਾ ਹੈ ਕਿ ਭਾਵੇਂ ਇਹ ਮੋਰਚਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਅਤੇ ਸਰਕਾਰ ਨੂੰ ਇਸ ਅੱਗੇ ਝੁਕਣਾ ਪਿਆ ਤੇ ਇਹ ਸਭ ਤੋਂ ਵੱਡਾ ਮੋਰਚਾ ਸੀ, ਪਰ ਇਹ ਕੱਲ ਨਾਲ ਲਿਆ ਗਿਆ ਫੈਸਲਾ ਹੈ ਜਿਸ ਕਰਕੇ ਇਹ ਮੋਰਚਾ ਸਮਾਪਤ ਕੀਤਾ ਗਿਆ। ਮੇਰਾ ਸਿਰਫ ਇੰਨਾ ਕਿ ਮੈਨੂੰ ਇਹ ਨਾਰਾਜ਼ਗੀ ਹੈ ਜਥੇਦਾਰ ਮੰਡ ਸਾਹਿਬ ਨਾਲ ਕਿ ਉਹਨਾਂ ਕਾਹਲੀ ਕੀਤੀ।
ਜਦੋਂ ਸਰਕਾਰ ਨੇ ਆਪਣਾ ਪੱਖ ਦੱਸ ਦਿੱਤਾ ਆ ਕੇ ਮੋਰਚੇ ਦੀਆਂ ਮੰਗਾਂ 'ਚ ਮੰਨਣ ਦਾ ਐਲਾਨ ਕੀਤਾ ਤਾਂ ਕੌਮ ਦੀਆਂ ਭਾਵਨਾਵਾਂ ਲੈ ਕੇ ਕੌਮ ਨੂੰ ਭਰੋਸੇ 'ਚ ਲੈ ਕੇ ਅਗਲਾ ਐਲਾਨ ਜਿਹੜਾ ਸੀ ਉਹਨਾਂ ਨੂੰ ਕਰਨਾ ਚਾਹੀਦਾ। ਉੱਥੇ ਹੀ ਦੂਜੇ ਪਾਸੇ ਭਾਈ ਧਿਆਨ ਸਿੰਘ ਮੰਡ ਦਾ ਕਹਿਣਾ ਹੈ ਕਿ ਇਸ ਮੋਰਚੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਅਤੇ ਸਰਕਾਰ ਨੇ ਸਿੱਖ ਸੰਗਤ ਦੀਆਂ ਸਾਰੀਆਂ ਹੀ ਮੰਗਾਂ ਨੂੰ ਮੰਨ ਲਿਆ ਅਤੇ ਛੇਤੀ ਹੀ ਬੰਦੀ ਸਿੰਘਾਂ ਦੀ ਰਿਹਾਈ ਵੀ ਕੀਤੀ ਜਾਵੇਗੀ। ਸੋ ਇਸ ਕਰਕੇ 295 ਦੇ ਅਧੀਨ ਜਿਹੜੇ ਸਰਸੇ ਵਾਲੇ ਸਾਧ ਦੇ ਨਾਲ ਜਿਹੜਾ ਕਲੇਸ਼ ਹੋਇਆ ਸਿੱਖਾਂ ਦਾ ਤੇ 295 ਦੇ ਧਾਰਮਿਕ ਮੁੱਦਾ ਬਣਾ ਕੇ ਜਿਹੜੇ ਕੇਸ ਦਰਜ ਕੀਤੇ ਗਏ ਸੀ ਉਹ ਸਾਰੇ ਦੇ ਸਾਰੇ ਜਿਹੜੇ ਆ ਸਰਕਾਰ ਨੇ ਵਾਪਸ ਲੈਣ ਦਾ ਉੱਥੇ ਐਲਾਨ ਕੀਤਾ। ਸੋ ਇਸ ਕਰਕੇ 1-1 ਕਰੋੜ ਰੁਪਈਆ ਜਿਹੜੇ ਸ਼ਹੀਦ ਪਰਿਵਾਰ ਸੀ ਉਹਨਾਂ ਨੂੰ ਮੁਆਵਜ਼ਾ ਮਿਲਿਆ ਔਰ 1 ਨੂੰ 50 ਲੱਖ ਰੁਪਈਆ ਮਿਲਿਆ, 1 ਨੂੰ 40 ਲੱਖ ਰੁਪਈਆ ਮਿਲਿਆ। ਬਿਊਰੋ ਰਿਪੋਰਟ, ਪੰਜਾਬ ਨਿਊਜ਼।